ਸਾਰਿਆਂ ਨੂੰ ਚੈੱਕ ਕਰੋ ਜੀ ਦੋਸਤੋ, ਆ ਗਿਆ ਜੀ ਸ਼ੰਕਰ, ਬਹੁਤ ਹੀ ਆਲਾ ਜਾਨਵਰ, 1 ਸਾਲ ਉਮਰ ਹੈ ਜੀ ਜਾਨਵਰ ਦੀ, ਅਜੇ ਸਿਰਫ ਔਰ ਸਿਰਫ 1 ਸਾਲ। ਚੈੱਕ ਕਰੋ ਜੀ ਜਾਨਵਰ ਦੀ ਕੁਆਲਿਟੀ, ਤੁਹਾਨੂੰ ਬਲੱਡ ਲਾਈਨ ਵੀ ਦੱਸਣੇ ਜੀ, ਹਰ ਸ਼ਾਈ ਇਹਦੇ ਬਾਰੇ ਤੁਹਾਨੂੰ ਦੱਸਣੇ ਆ। ਜਾਨਵਰ ਪਾਸ ਕਰੋ ਜੀ ਪਹਿਲਾਂ, ਸਾਰੇ ਸ਼ੌਕੀਨ ਭਰਾ ਚੈੱਕ ਕਰੋ ਜੀ, ਚੈੱਕ ਕਰੋ ਜੀ, ਕਮਾਲ ਦਾ ਜਾਨਵਰ ਸ਼ੰਕਰ, ਸ਼ੰਕਰ ਬਦਮਾਸ਼ ਜੀ, ਆਏ ਹਾਏ ਚਾਸ ਆਉਂਦੀ ਹੈ ਜੀ ਜਾਨਵਰ ਨੂੰ ਵੇਖ ਕੇ, ਭੁੱਖ ਲੈਂਦੀ ਹੈ ਜੀ, ਕਮਾਲ ਦਾ ਜਾਨਵਰ, ਖੂਬਸੂਰਤੀ ਦਾ ਐਂਡ। ਅਤੇ ਤੁਸੀਂ ਬਰੀਕੀਆਂ ਵੇਖੋ ਜੀ ਜਾਨਵਰ ਦੀਆਂ, ਜਾਨਵਰ ਦਾ ਹੈੱਡ ਫੇਸ ਚੈੱਕ ਕਰੋ ਜੀ, ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਜੀ, ਸਭ ਤੋਂ ਪਹਿਲਾਂ ਪੁਆਇੰਟ ਜਾਨਵਰ ਦਾ ਜੀ, ਫੇਸ ਚੈੱਕ ਕਰੋ, ਪੱਕਾ ਫੜ ਕੇ ਰੱਖੋ ਜੀ ਚੌੜ ਸਾਹਿਬ, ਇਹਨੂੰ ਇਹਦੇ ਪੱਟੇ ਤੋਂ ਫੜੋ। ਹਾਂ ਚੈੱਕ ਕਰੋ ਜੀ, ਸਭ ਤੋਂ ਪਹਿਲੀ ਖੂਬਸੂਰਤੀ ਜਿਹੜੀ ਹੈ ਜੀ ਜਾਨਵਰ ਦੇ ਫੇਸ ਦੀ, ਜਾਨਵਰ ਦਾ ਮੂੰਹ ਚੈੱਕ ਕਰੋ ਜੀ, ਜਾਨਵਰ ਦਾ ਹੈੱਡ ਫੇਸ, ਬਾਅਦ ਚੈੱਕ ਕਰੋ ਜੀ ਜਾਨਵਰ ਦਾ ਪਿੱਛਾ, ਜਾਨਵਰ ਦੀ ਲੰਬਾਈ, ਬਹੁਤ ਹੀ ਆਲਾ ਜੀ ਖੂਬਸੂਰਤ ਜਾਨਵਰ, ਪੂਰੇ ਨੰਬਰ ਨੇ ਜੀ ਜਾਨਵਰ ਦੇ। ਅਤੇ ਮਜ਼ੇ ਦੀ ਸ਼ੈ ਜਿਹੜੀ ਹੈ ਜੀ ਉਹ ਤੁਹਾਨੂੰ ਦੱਸੀ ਹੈ ਜੀ, ਕੁਛ ਭਰਾ ਸੋਚ ਜਾਣਗੇ ਜੀ ਕਿੰਨੀ ਦੇਰ ਦਾ ਜਾਨਵਰ ਹੈ ਜੀ, ਜਾਨਵਰ ਹੈ ਜੀ ਹਜੇ ਫਿਲਹਾਲ ਸਾਲ ਦਾ, ਪੂਰੇ ਸਾਲ ਦਾ ਹੋਇਆ ਜੀ ਜਾਨਵਰ। ਅਤੇ ਤੁਹਾਨੂੰ ਜੀ ਹੁਣ ਪੂਰੀ ਡਿਟੇਲ ਦੇਣੀ ਹੈ ਜੀ ਛੋਟੇ ਭਾਈ ਦੇ ਨਾਲ, ਛੋਟੇ ਭਾਈ ਦੇ ਵਾਲਦ ਸਾਹਿਬ ਤਾਂ ਜ਼ਰਾ ਮਸਰੂਫ ਸਨ ਅਤੇ ਉਹਨਾਂ ਨਾਲ ਆਪਾਂ ਗੱਪਸ਼ੱਪ ਨਹੀਂ ਲਾ ਸਕੇ। ਅਤੇ ਹਾਂਜੀ ਜੀ, ਕੀ ਨਾਂ ਜੀ ਆਪਣਾ ਭਾਈ? ਮੇਰਾ ਨਾਂ ਅਹਿਮਦ। ਅਹਿਮਦ ਭਾਈ, ਹੋਰ ਸੁਣਾਓ ਜੀ, ਖੈਰ ਖੈਰੀਅਤ? ਠੀਕ ਠਾਕ ਜੀ, ਮਜ਼ਾ ਆ ਗਿਆ ਜੀ ਤੁਹਾਡਾ ਜਾਨਵਰ ਵੇਖ ਕੇ। ਜਾਨਵਰ ਦਾ ਨਾਂ ਕੀ ਹੈ ਜੀ ਸਭ ਤੋਂ ਪਹਿਲਾਂ? ਸ਼ੰਕਰ। ਸ਼ੰਕਰ ਬਦਮਾਸ਼, ਬਹੁਤ ਖੂਬਸੂਰਤ ਜਾਨਵਰ, ਬਹੁਤ ਆਲਾ ਕੁਆਲਿਟੀਆਂ ਦਾ ਜਾਨਵਰ ਜੀ। ਅਤੇ ਆਪਣੇ ਇਹਨਾਂ ਦੇ ਮਾਲਕ ਦਾ ਨਾਂ ਕੀ ਹੈ ਜੀ, ਜਿਹੜੇ ਅਸਲੀ ਮਾਲਕ? ਚੌਧਰੀ ਬਸ਼ੀਰ ਗੁੱਜਰ, ਫਰੋਮ ਖਾਨੇਵਾਲ। ਅਤੇ ਜਗ੍ਹਾ ਕਿਹੜੀ ਜੀ, ਪਿੰਡ ਕਿਹੜਾ ਲੱਗ ਰਿਹਾ ਜੀ? 67-10 ਦੇ ਵਿੱਚ ਜੀ ਕੁੱਤਾ ਖਲੋਤਾ ਹੈ ਜੀ, ਚੌਧਰੀ ਬਸ਼ੀਰ ਗੁੱਜਰ ਦਾ ਜੀ ਡੇਰਾ ਜੀ, ਉਹਨਾਂ ਦਾ ਜਾਨਵਰ ਬੜਾ ਖੂਬਸੂਰਤ ਸ਼ੰਕਰ। ਚੈੱਕ ਕਰੋ ਜੀ, ਸ਼ੰਕਰ ਕਰਨ ਲੱਗਾ ਜੀ ਇੰਜੋਏ, ਅਤੇ ਸ਼ੰਕਰ ਨੂੰ ਇੰਜੋਏ ਕਰਦੇ ਨੂੰ ਵੇਖੋ ਜੀ ਸਭ ਤੋਂ ਪਹਿਲਾਂ, ਫਿਰ ਤੁਹਾਨੂੰ ਇਹਦੇ ਜੀ ਅੱਗੇ ਇਨਫੋਰਮੇਸ਼ਨ ਦੇਣੇ ਆ ਜੀ। ਉਹ ਸ਼ੰਕਰ, ਹਾਂ ਉੱਠ ਜਾ ਉੱਠ ਜਾ ਉੱਠ ਜਾ, ਸ਼ਾਬਾਸ਼, ਖੇਡ 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 ਖੇਡ। ਅੱਛਾ ਜੀ, ਨਹੀਂ ਖੇਡਦਾ ਜੀ ਸ਼ੰਕਰ ਅਜੇ ਫਿਲਹਾਲ। ਹਾਂਜੀ ਜੀ, ਆਪਾਂ ਗੱਲ ਆਪਣੀ ਕੰਟੀਨਿਊ ਕਰੀਏ ਜੀ। ਅਤੇ ਜਾਨਵਰ ਦਾ ਸਰ ਜੀ ਮੈਨੂੰ ਦੱਸੋ ਜੀ, ਕੱਦ ਕਿੰਨਾ ਬਣ ਗਿਆ ਜੀ ਫਿਲਹਾਲ? 31+ ਕਰ ਗਿਆ ਜੀ। 31+ ਹੋ ਗਿਆ ਜੀ ਜਾਨਵਰ, ਤੁਸੀਂ ਸਾਰੇ ਭਰਾ ਵੇਖ ਸਕਦੇ ਹੋ ਜੀ, ਚੈੱਕ ਕਰੋ ਜੀ। ਤੁਹਾਨੂੰ ਫਿਰ ਜਾਨਵਰ ਹੀ ਵਿਖਾ ਰਿਹਾ ਜੀ, ਅਤੇ ਗੱਲਾਂ ਬਾਤਾਂ ਸੁਣਾ ਰਿਹਾ ਸ਼ਿਕਾਰੀ ਭਰਾਵਾਂ ਦੀਆਂ, ਦੋਸਤਾਂ ਦੀਆਂ, ਸ਼ੌਕੀਨਾਂ ਭਰਾਵਾਂ ਦੀਆਂ। ਠੀਕ ਹੋ ਗਿਆ ਜੀ, ਅਤੇ ਛੋਟਾ ਭਾਈ ਜੀ ਆਪਣਾ ਬਹੁਤ ਸ਼ੌਕੀਨ ਹੈ ਜੀ, ਇਹਨਾਂ ਦੇ ਵਾਲਦ ਸਾਹਿਬ ਦਾ ਸ਼ੌਕ ਹੈ, ਇਹਨਾਂ ਦਾ ਆਪਣਾ ਸ਼ੌਕ ਹੈ ਜੀ, ਜ਼ਾਤੀ ਸ਼ੌਕ, ਅਤੇ ਮਲਕੀਤ ਹੀ ਜਾਨਵਰ। ਅਤੇ ਹੁਣ ਇਹਦੀ ਜੀ ਮੈਨੂੰ ਦੱਸ ਦਿਓ ਜੀ, ਇਹਦੀ ਉਮਰ ਕਿੰਨੀ ਹੋ ਗਈ ਜੀ? ਸਾਲ ਤੋਂ ਟੱਪ ਗਿਆ ਜੀ, 31+ ਕੱਦ ਕਰ ਗਿਆ। ਅਤੇ ਇਹਦੀ ਨਸਲ ਬਾਰੇ ਗੱਲ ਕਰਦੇ ਜਾਈਏ ਜੀ, ਕਿਹੜੀ ਨਸਲ 'ਚ ਬਣ ਰਿਹਾ? ਹਾਂਜੀ, ਬੂਲੀ ਬੱਚਾ ਜੀ, ਅਤੇ ਇਹਦੇ ਵਾਲਦ ਸਾਹਿਬ ਦੇ ਨਾਲ ਮੇਰੀ ਗੱਲ ਹੋਈ ਹੈ ਜੀ। ਇਹ ਜੀ ਫੋਰਮੈਨ ਜੀ, 44 ਚੱਕ ਫੋਰਮੈਨ ਦਾ ਨਾਂ ਕੀ ਹੈ ਜੀ? ਅੱਲਾ ਦਿੱਤਾ ਫੋਰਮੈਨ ਦੀ ਕੁੱਤੀ ਦਾ ਬੱਚਾ ਜੀ, ਉਹ ਵੀ ਕੁੱਤੀ 30+ ਹੈ ਜੀ, 30+ ਕੁੱਤੀ ਇੰਚ ਜੀ, ਅਤੇ ਬਹੁਤ ਖੂਬਸੂਰਤ ਕੁੱਤੀ ਹੈ ਜੀ, ਰੱਤੀ ਡੱਬੀ ਉਹਦਾ ਬੱਚਾ ਹੈ, ਅਤੇ ਬੱਲੀ ਭੌੜ ਵਾਲੇ ਵੱਡੇ ਕੁੱਤੇ ਦਾ ਜਿਹੜਾ ਜੀ ਇਸ ਸੀਜ਼ਨ ਦੇ ਵਿੱਚ ਗਿਫਟ ਹੋ ਗਿਆ ਜੀ, 8 ਲੱਖ ਦਾ ਗਿਫਟ ਹੋ ਗਿਆ ਜੀ, ਉਹਦਾ ਬੱਚਾ ਜੀ ਹੈ, ਬਹੁਤ ਅੱਛਾ ਜਾਨਵਰ। ਇਹਦਾ ਸਕਾ ਭਰਾ ਵੀ ਜੀ 4 ਲੱਖ ਦਾ ਸੇਲ ਹੋ ਚੁੱਕਿਆ ਜੀ, ਅਤੇ ਬੜੀ ਗੱਲ ਹੈ ਜੀ, ਹੈ ਇਹਦੇ ਵੀ ਮੁੱਲ ਬੜੇ ਲੱਗੇ, ਲੇਕਿਨ ਇਹਨਾਂ ਨੇ ਸੇਲ ਨਹੀਂ ਕੀਤਾ ਜੀ, ਹੈ ਜੀ ਸੇਲ ਨਹੀਂ ਕੀਤਾ ਜੀ, ਸ਼ੌਕ ਨਾਲ ਰੱਖਿਆ ਜੀ ਜਾਨਵਰ, ਬੜਾ ਖੂਬਸੂਰਤ ਹੈ, ਐਤਕੀ ਲੜਾਉਣਗੇ ਜੀ ਇਨਸ਼ਾਅੱਲਾ, ਅੱਲਾ ਖੈਰ ਕਰੇ। ਅਤੇ 10ਵੇਂ ਮਹੀਨੇ ਦੇ ਵਿੱਚ ਜੀ ਇਹਦੀ ਤੱਪਣੀ ਕਰਾਓਗੇ ਜੀ? ਪਹਿਲੀ ਤੱਪਣੀ ਜੀ 10ਵੇਂ ਮਹੀਨੇ ਦੇ ਵਿੱਚ ਸ਼ੰਕਰ ਬਦਮਾਸ਼ ਦੀ ਹੈਗੀ। ਸ਼ੰਕਰ ਨੂੰ ਜ਼ਰਾ ਫੜੋ, ਲਾਗੇ ਖਲੋਵੋ ਯਸ਼ਵ ਸਾਹਿਬ, ਆਓ ਤੁਸੀਂ ਪਟਾ ਫੜੋ, ਹਾਂ ਇਹਦਾ ਪਤਾ ਚੱਲੇ ਜੀ ਤੁਹਾਡਾ ਵੀ ਸ਼ੌਕ 'ਚ ਤੁਸੀਂ ਵੀ ਖਲੋਤੇ ਹੋਏ ਹੋ। ਚੈੱਕ ਕਰੋ ਜੀ, ਯਸ਼ਵ ਸਾਹਿਬ ਨੂੰ, ਯਸ਼ਵ ਸਾਹਿਬ ਵੀ ਖਲੋਤੇ ਨੇ, ਯਸ਼ਵ ਸਾਹਿਬ ਹੈ ਬੜੇ ਵੱਡੇ ਸਾਰੇ ਨੇ ਕੁੱਤਾ।
ਹਾਂਜੀ ਯਾਰ ਦੋਸਤੋ ਜੀ, ਵੀਡੀਓ ਵਿੱਚ ਕੱਟੀ ਗਈ ਸੀ ਜੀ ਥੋੜ੍ਹੀ ਜਿਹੀ, ਅਤੇ ਯਸ਼ਵ ਸਾਹਿਬ ਆਏ ਸਨ ਅਤੇ ਯਸ਼ਵ ਸਾਹਿਬ ਨੇ ਆਉਂਦੇ ਵੀਡੀਓ ਨੂੰ ਬੰਦ ਕਰ ਦਿੱਤਾ, ਅਤੇ ਮੈਂ ਗੱਲ ਇਹ ਕਰ ਰਿਹਾ ਸੀ ਕਿ ਯਸ਼ਵ ਸਾਹਿਬ ਹੈ ਹੀ ਬੜੇ ਵੱਡੇ ਨੇ ਜੀ, ਕੁੱਤੇ ਛੋਟੇ ਲੱਗਦੇ ਨੇ ਆਉਂਦੇ ਆਈ, ਲੇਕਿਨ ਕੁੱਤਾ ਜੀ ਇਹਨਾਂ ਦੇ ਸਾਹਮਣੇ ਵੀ ਵੱਡਾ ਹੀ ਲੱਗ ਰਿਹਾ ਵਾਲਾ, ਅਤੇ ਬਹੁਤ ਖੂਬਸੂਰਤ ਜਾਨਵਰ ਜੀ। ਅਤੇ ਹਾਂਜੀ ਜੀ, ਗੱਲ ਆਪਾਂ ਕਰਨ ਡੇ ਸਰ ਜੀ, ਦੱਪਣੀ ਕਦੋਂ ਕਰਾ ਰਹੇ ਹੋ ਜੀ? 10ਵੇਂ ਮਹੀਨੇ 'ਚ ਜੀ। ਇਨਸ਼ਾਅੱਲਾ ਅੱਲਾ ਖੈਰ ਰੱਖੇ, ਅੱਲਾ ਜ਼ਿੰਦਗੀ ਦੇ ਜੀ ਸਾਰੇ ਸ਼ੌਕੀਨ ਭਰਾ ਜਿਹੜੇ ਜੀ, ਦੁਆ ਕਰਿਓ ਜੀ ਜਾਨਵਰ ਲਈ ਵੀ, ਸ਼ੌਕੀਨਾਂ ਲਈ ਵੀ, ਅਤੇ ਬਹੁਤ ਅੱਛਾ ਜਾਨਵਰ ਜੀ ਇਸ ਸਾਲ ਤਪੇਗਾ, ਅਤੇ ਨੈਕਸਟ ਸੀਜ਼ਨ ਜੀ, ਇਸ ਸੀਜ਼ਨ 'ਤੇ ਖੈਰ ਨਹੀਂ, ਇਸ ਸੀਜ਼ਨ ਨੰਗੇਗਾ ਜੀ ਇਹਦਾ ਤੱਪਣੀਆਂ ਦੇ ਵਿੱਚ, ਅਤੇ ਅਗਲੇ ਸੀਜ਼ਨ ਦੇ ਵਿੱਚ ਜਿਹੜਾ ਨਾ ਇਹ ਮੈਚ 'ਚ ਤੁਹਾਨੂੰ ਦਿਸੇਗਾ ਜੀ, ਅੱਲਾ ਖੈਰ ਕਰੇ, ਅਤੇ ਮੈਚਾਂ ਦੇ ਵਿੱਚ ਦਿਸੇਗਾ ਤੁਹਾਨੂੰ। ਬੜਾ ਅੱਛਾ ਜਾਨਵਰ, ਬੜਾ ਤੇਜ਼, ਮੈਂ ਛੋਟਾ ਜਿਹਾ ਸੀ ਅਤੇ ਤਪਦਾ ਹੁੰਦਾ ਸੀ ਉਦੋਂ ਹੀ, ਇੰਝ ਹੀ ਹੈ ਜੀ, ਉਦੋਂ ਹੀ ਉੱਡ ਉੱਡ ਜਾਂਦਾ ਸੀ ਜੀ ਕੁੱਤੇ ਹਾਲ, ਬੜੀ ਬੜਾ ਗਰਮ ਖੂਨ ਹੈ ਜੀ ਜਾਨਵਰ ਦਾ। ਇਹਦੀ ਮਾਂ ਦੀ ਵੀਡੀਓ ਵੀ ਮੇਰੇ ਕੋਲ ਹੈ ਜੀ, ਉਹ ਵੀ ਹੋ ਸਕਿਆ ਤਾਂ ਵੀਡੀਓ ਇਸ ਵੀਡੀਓ ਦੇ ਵਿੱਚ ਮੈਂ ਜਿਹੜਾ ਨਾ ਫਿਕਸ ਕਰਾਂਗਾ ਜੀ, ਉਹਦੀ ਵੀਡੀਓ ਵੀ, ਤਸਵੀਰ ਉਹਦੀ ਛੋਟੀ ਜੀ, ਅਤੇ ਬਹੁਤ ਅੱਛਾ ਜਾਨਵਰ ਜੀ। ਅਤੇ ਅਹਿਮਦ ਭਾਈ, ਅਹਿਮਦ ਨਾ ਜੀ, ਹਾਂਜੀ ਅਹਿਮਦ ਭਾਈ, ਅਤੇ ਫਿਰ ਮੈਨੂੰ ਇੱਕ ਹੋਰ ਚੀਜ਼ ਦੱਸਦੇ ਜਾਓ ਕਿ ਇਹਦੀ ਖੁਰਾਕ ਸ਼ਰਾਕ ਕੀ ਚੱਲ ਰਹੀ ਹੈ ਅੱਜ ਕੱਲ੍ਹ? ਦੁੱਧ ਪੈ ਰਿਹਾ ਜੀ, ਦੁੱਧ ਰੋਟੀ, ਅਤੇ ਕੋਈ ਗੋਸ਼ਤ ਗੋਸ਼ਤ ਨਹੀਂ ਪਾ ਰਹੇ? ਗੋਸ਼ਤ ਗੋਸ਼ਤ ਗਰਮੀ ਕਰ ਦਿੰਦੀ। ਹਾਂਜੀ ਹਾਂਜੀ ਜੀ, ਗਰਮੀ ਤਾਂ ਵਾਕਈ ਕਰ ਜਾਂਦੀ। ਯਸ਼ਵ ਸਾਹਿਬ ਫੜੋ ਜੀ ਕੁੱਤਾ। ਅੱਛਾ ਜੀ, ਅੱਛਾ, ਸਿਰਫ ਦੁੱਧ ਸ਼ੋਧ ਹੀ ਪਾ ਰਹੇ ਹੋ? ਲੱਸੀ ਲੁੱਸੀ? ਲੱਸੀ ਵੀ ਪਾਉਂਦੇ ਹਾਂ ਸਵੇਰ ਟਾਈਮ। ਅੱਛਾ ਜੀ, ਲੱਸੀ ਸਵੇਰ ਟਾਈਮ ਜੀ, ਠੀਕ ਹੋ ਗਿਆ, ਬਹੁਤ ਅੱਛਾ ਜਾਨਵਰ ਜੀ। ਅਤੇ ਰੋਟੀ ਤੇ ਰੱਖਦੇ ਨਹੀਂ ਸਵੇਰ ਟਾਈਮ, ਦੁੱਧ ਦੇ ਵਿੱਚ ਨਾ ਪਾ ਦੇਣੀ, ਠੀਕ ਹੋ ਗਿਆ ਰਾਤੀ, ਹਾਂਜੀ ਭਿਉਂ ਕੇ ਰੋਟੀ ਪਾ ਦਿੰਦੇ ਜੀ। ਚਲੋ ਜੀ, ਇਹ ਵੀ ਕੰਮ ਠੀਕ ਹੈ, ਬਹੁਤ ਅੱਛਾ ਜੀ। ਅਤੇ ਚਲੋ ਜੀ, ਅੱਲਾ ਖੈਰ ਰੱਖੇ ਜੀ, ਤੁਹਾਡੇ ਸ਼ੌਕ ਨੂੰ ਵੇਖਣ ਦਾ ਬੜਾ ਬੜਾ ਮਜ਼ਾ ਆਇਆ ਜੀ। ਬਸ਼ੀਰ ਗੁੱਜਰ ਸਾਹਿਬ ਦੀ ਤਸਵੀਰ ਆਪਾਂ ਦੇ ਦਾਂਗੇ ਜੀ ਨਾਲ, ਅਤੇ ਇਹਨਾਂ ਦੇ ਓਨਰ ਦੀ, ਅਤੇ ਅੱਲਾ ਖੈਰ ਰੱਖੀ ਜੀ, ਬੜੀ ਮਿਹਰਬਾਨੀ ਜੀ। ਅਹਿਮਦ ਭਾਈ ਠੀਕ ਹੋ ਗਿਆ ਜੀ? ਓਕੇ।